ਕੱਲ ਰਾਸ਼ਟਰਪਤੀ ਬਾਈਡਨ ਨੇ ਯੂਕਰੇਨ ਨੂੰ ਰਾਕਟ ਸਪਲਾਈਜ਼ ਦੇਣ ਦੀ ਗੱਲ ਆਖ ਦਿੱਤੀ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਰਾਕਟਸ ਦਵਾਂਗੇ ਇਸ ਦੇ ਉੱਤੇ ਰੂਸ ਨੇ ਟਿੱਪਣੀ ਕਰਦੇ ਹੋਏ ਕਿਹਾ ਵੀ ਅਮਰੀਕਾ ਇਸ ਟਾਈਮ ਅੱਗ ਦੇ ਵਿੱਚ ਫਿਊਲ ਤੇਲ ਪਾਉਣ ਵਾਲਾ ਕੰਮ ਕਰ ਰਿਹਾ ਆ ਜਿਹੜਾ ਰਾਕਟਸ ਯੂਕਰੇਨ ਨੂੰ ਦੇਣ ਦੀ ਇਹਨਾਂ ਨੇ ਗੱਲ ਆਖੀ ਆ ਰਾਸ਼ਟਰਪਤੀ ਬਾਈਡਨ ਨੇ ਇਹ ਵਚਨ ਲਿਆ ਆ ਵੀ ਯੂਕਰੇਨ ਵਾਲੇ ਜਿਹੜੇ 50 ਮੀਲ ਦੀ ਮਾਰ ਵਾਲੇ ਇਹ ਰਾਕਟ ਨੇ ਉਹਦੇ ਨਾਲ ਰੂਸ ਦੇ ਅੰਦਰ ਹਮਲਾ ਨਹੀਂ ਕਰਨਗੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਯੂਕਰੇਨ ਦੇ ਉਹਨਾਂ ਨੇ ਕਿਹਾ ਆ ਵੀ ਅਸੀਂ ਤੁਹਾਡੀ ਗੱਲ ਨੂੰ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਮੰਨਾਂਗੇ ਸੋ بار بار ਜਿਹੜੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਉਹ ਦੱਸ ਰਹੇ ਆ ਦਿਖਾ ਰਹੇ ਆ ਵੀ ਰੂਸ ਦੇ ਦੁਆਰਾ ਅ ਜਿਸ ਹਿਸਾਬ ਦੇ ਨਾਲ ਬੰਬਾਰਟਮੈਂਟ ਉਹਨਾਂ ਦੇ ਸ਼ਹਿਰਾਂ ਦੇ ਉੱਤੇ ਹੋ ਰਹੀ ਆ ਉਹ ਬਹੁਤ ਮੰਦ ਭਾਗੀ ਆ ਤੇ ਕਨਾਉਣਾ ਕੰਮ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ ਸੋ ਇਹ ਜਿਹੜੀ ਸਥਿਤੀ ਇਸ ਟਾਈਮ ਹਰਜੋਤ ਸਿੰਘ ਜੀ ਨਵੀਂ ਬਣੀ ਆ ਉਧਰ ਰੂਸ ਦੀਆਂ ਜਿਹੜੀਆਂ ਫੌਜਾਂ ਆ ਯੂਕਰੇਨ ਦੀ ਫੈਕਟਰੀ ਸਿਟੀ ਜਿੱਥੇ ਕਈ ਕਾਰਖਾਨੇ ਆ ਉਸਤੇ ਵੱਲ ਨੂੰ ਹੁਣ ਵੱਧ ਰਹੀਆਂ ਆ ਤੇ ਨਾਲ ਹੀ ਜਿਦਾਂ ਦੱਸਿਆ ਵੀ ਯੂਐਸ ਤੇ ਦੁਆਰਾ ਪ੍ਰਸੀਜਨ ਰਾਕਟ ਜਿੰਨਾ ਰਾਕਟਾਂ ਦੀ ਮਾਰ ਬਿਲਕੁਲ ਸਟੀਕ ਹੁੰਦੀ ਆ ਉਹਨਾਂ ਨੂੰ ਦੇਣ ਦੀ ਗੱਲ ਆਖੀ ਹੈਗੀ ਆ ਸੋ ਉਧਰ ਅੱਜ ਜਰਮਨੀ ਤੋਂ ਵੀ ਇਦਾਂ ਦੀ ਹੀ ਖਬਰ ਆ ਰਹੀ ਸੀ ਉਹਨਾਂ ਦੇ ਦੁਆਰਾ ਵੀ ਜਿਹੜੀ ਮਿਲਟਰੀ ਸਹਾਇਤਾ ਹੁਣ ਮਿਲਟਰੀ ਉਪਕਰਨਾਂ ਯੂਕਰੇਨ ਨੂੰ ਦੇਣ ਵੱਲ ਨੂੰ ਵੱਧ ਰਿਹਾ 98 ਦਿਨ ਹੋ ਗਏ ਆ ਰੂਸ ਨੇ ਜਦੋਂ ਤੋਂ ਹਮਲਾ ਕੀਤਾ ਆ ਯੂਕਰੇਨ ਦੇ ਉੱਤੇ ਹੁਣ ਆਪਾਂ ਦੇਖਿਆ ਜਦੋਂ ਸਵੀਡਨ ਤੇ ਫਿਨਲੈਂਡ ਨੇ ਨਾਟੋ ਦੇ ਮੈਂਬਰ ਬਣਨ ਦੇ ਲਈ ਐਪਲੀਕੇਸ਼ਨਾਂ ਲਾਈਆਂ ਉਸ ਤੋਂ ਬਾਅਦ ਦੇ ਵਿੱਚ ਨਾਟੋ ਦੇ ਵਿੱਚੋਂ ਵੀ ਇਹ ਆਵਾਜ਼ਾਂ ਉਠੀਆਂ ਵੀ ਕਿਉਂਕਿ ਹੁਣ ਰੂਸ ਨੇ ਤਾਂ ਆਪਣੇ ਹੀ ਕਿਤੇ ਫਰੇਮਵਰਕ ਦੇ ਉੱਤੇ ਹਸਤਾਖਸ਼ਤ ਜਿੱਤੇ ਕਿਤੇ ਸੀ ਉਸ ਦੀ ਉਲੰਘਣਾ ਕੀਤੀ ਆ ਸੋ ਅਸੀਂ ਵੀ ਉਸ ਫਰੇਮਵਰਕ ਦੇ ਨਾਲ ਉਸ ਸੰਧੀ ਦੇ ਨਾਲ ਨਹੀਂ ਬੱਜੇ ਅਸੀਂ ਵੀ ਉਸ ਤੋਂ ਬਾਹਰ ਆ ਸੋ ਉਹਨਾਂ ਨੇ ਕਿਹਾ ਸੀਗਾ ਵੀ ਈਸਟਰਨ ਯੂਰਪ ਦੇ ਵਿੱਚ ਨਾਟੋ ਦੀਆਂ ਫੋਰਸੇਜ਼ ਆ ਉਹ ਵਧਣ ਗਿਆ ਸੋ ਇਹ ਹੁਣ ਕਿਤੇ ਨਾ ਕਿਤੇ ਲੱਗ ਰਿਹਾ ਆ ਵੀ ਨਾਟੋ ਵਾਲੇ ਰੂਸ ਦੇ ਖਿਲਾਫ ਫੌਜੀ ਜਿਹੜੀ ਆ ਉਹ ਕਾਰਵਾਈ ਵਾਲੇ ਪਾਸੇ ਨੂੰ ਵੱਧ ਸਕਦੇ ਆ ਐਟ ਲੀਸਟ ਰੋਕਣ ਦੇ ਲਈ ਜਾਂ ਆਪਣਾ ਅਮਲਾ ਫੈਲਾਇਆ ਉਹਨਾਂ ਇਲਾਕਿਆਂ ਦੇ ਵਿੱਚ ਵਧਾ ਸਕਦੇ ਆ ਯੂਕਰੇਨ ਕਿਉਂਕਿ ਅਜੇ ਮੈਂਬਰ ਨਹੀਂ ਹੈਗਾ ਤੇ ਅਜੇ ਲੱਗਦਾ ਵੀ ਨਹੀਂ ਆ ਵੀ ਕੋਈ ਮੈਂਬਰ ਬਣੂਗਾ ਨਾਟੋ ਦਾ ਸੋ ਇਸਲੀ ਉੱਥੇ ਜਾ ਕੇ ਆਪ ਤ ਨਹੀਂ ਲੜ ਸਕਦੇ ਪਰ ਮਿਲਟਰੀ ਸਹਾਇਤਾ ਮਿਲਟਰੀ ਉਪਕਰਨ ਦੇਣ ਦੀ ਕਵਾਇਦ ਹੁਣ ਨਾਟੋ ਦੇ ਮੈਂਬਰਸ ਦੇ ਦੁਆਰਾ ਆਲਰੇਡੀ ਸ਼ੁਰੂ ਹੋ ਚੁੱਕੀ ਹੈਗੀ ਆ ਸੋ ਇਹ ਜਿਹੜੇ ਪ੍ਰੀਸੀਜਨ ਰਾਕਟ ਸਿਸਟਮ ਇਸ 700 ਮਿਲੀਅਨ ਡਾਲਰ ਦਾ ਪੈਕੇਜ ਜਿਹੜਾ ਆ ਉਹ ਦਿੱਤਾ ਜਾਊਗਾ ਤੇ ਕਹਿੰਦੇ ਅੱਜ ਇਸ ਨੂੰ ਅਧਿਕਾਰਤ ਤੌਰ ਦੇ ਉੱਤੇ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ ਆਲਰੇਡੀ ਕਈ ਬਿਲੀਅਨ ਡਾਲਰ ਦੀ ਫੌਜੀ ਸਹਾਇਤਾ ਅਮਰੀਕਾ ਦੇ ਦੁਆਰਾ ਯੂਕਰੇਨ ਨੂੰ ਹੁਣ ਤੱਕ ਦਿੱਤੀ ਜਾ ਚੁੱਕੀ ਹੈ